ਤੁਸੀਂ ਕੀ ਖਪ ਪਾਈ ਹੈ? ਸਾਰੀ ਰਾਤ ਉਹ ਨਹੀਂ ਕੰਮ ਕਰਨ ਦਿੰਦੇ, ਸਵੇਰੇ ਤੁਸੀਂ ਉਠਾ ਲੈਂਦੇ ਹੋ, ਸਾਰੀ ਸਾਰੀ ਰਾਤ ਕੰਮ ਜਾ ਜਾ ਕੇ ਕਰੀਦਾ, ਤੁਹਾਨੂੰ ਕੀ ਪਤਾ ਹੋਵੇ? ਇਹ ਤੈਨੂੰ ਜਦੋਂ ਵੀ ਬੁਲਾਓ ਤੂੰ ਸੁੱਤਾ ਹੁੰਦਾ, ਤੂੰ ਸੌਣ ਦਾ ਠੇਕਾ ਲਿਆ? ਸੌਣ ਦਾ ਠੇਕਾ ਲਿਆ, ਉਹ ਤੋਂ ਤੁਸੀਂ ਅੱਜ ਜ਼ਿਆਦਤੀ ਕੀਤੀ ਆਪਣੇ ਨਾਲ ਮੈਨੂੰ ਉਠਾ ਕੇ। ਕਿਉਂ? ਆਪਣੇ ਆਪ ਨਾਲ ਜ਼ਿਆਦਤੀ ਹੋ ਗਈ ਤੁਹਾਡੇ ਨਾਲ। ਕੀ ਹੋਇਆ? ਖਾਬ ਦੇ ਵਿੱਚ ਮੈਂ ਤੁਹਾਨੂੰ ਦੇਖ ਰਿਹਾ ਸੀ। ਕਿਸ ਤਰ੍ਹਾਂ? ਇੰਡੀਆ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਉਸਤਾਦ ਜੀ, ਸਭ ਤੋਂ ਵੱਡਾ ਅਵਾਰਡ ਤਕਰੀਬ ਹੋ ਰਹੀ ਹੈ ਮੁਸੀਕੀ ਦੀ। ਅੱਛਾ, ਉੱਥੇ ਮੰਨਾ ਡੇ ਸਾਹਿਬ ਉੱਥੇ ਆਏ ਨੇ। ਮੰਨਾ ਡੇ ਸਾਹਿਬ ਉੱਥੇ ਆਏ ਨੇ, ਸਿਕਾਰੇ ਆਜ਼ਮ ਨਿਸ਼ਾਦ ਸਾਹਿਬ ਉੱਥੇ, ਨਿਸ਼ਾਦ ਸਾਹਿਬ ਉੱਥੇ, ਆਸ਼ਾ ਜੀ ਉੱਥੇ, ਲਤਾ ਜੀ ਉੱਥੇ, ਆਸ਼ਾ ਜੀ ਉੱਥੇ, ਲਤਾ ਜੀ ਉੱਥੇ, ਨੁਸਰਤ ਫਤਿਹ ਅਲੀ ਖਾਨ ਸਾਹਿਬ ਵੀ ਉੱਥੇ, ਵੱਡੇ ਖਾਨ ਸਾਹਿਬ ਵੀ ਉੱਥੇ। ਔਰ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਕਿ ਮੈਡਮ ਤਰਨਮ ਨੂਰ ਜਹਾਂ ਮਹਿਮਾਨੇ ਖਸੂਸੀ ਦੀ ਨਿਸ਼ਚਿਤ ਤੇ ਬੈਠੇ ਨੇ। ਓਏ ਸੁਭਾਨ ਅੱਲਾਹ, ਤੇ ਪੁੱਤਰ ਮੈਨੂੰ ਨਹੀਂ ਕਿਤੇ ਵੇਖਿਆ, ਤੁਸੀਂ ਵਿਚਕਾਰ ਬੈਠੇ ਹੋ। ਓਏ ਮੈਂ ਵਿਚਕਾਰ ਬੈਠਾ, ਆਸੇ ਪਾਸੇ ਉਹਨਾਂ ਨੇ ਲਿੱਤਰ ਫੜੇ ਨੇ, ਉਹਨਾਂ ਨੇ ਕਿਹਾ ਲਾਂਤੀਆ ਮਸੀਕੀ ਦਾ ਹਾਲ ਕੀ ਕੀਤਾ ਤੂੰ। ਔਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਤੁਹਾਡੀ ਬਹੁਤ ਅੱਛੀ ਸਜ਼ਾ ਤਜਵੀਜ਼ ਕੀਤੀ। ਕੀ? ਉਹਨੇ ਕਿਹਾ ਇਹਨੂੰ ਛਿੱਤਰ ਛੁੱਤਰ ਨਹੀਂ ਮਾਰਨੇ, ਇਹਨੂੰ ਮੇਰੇ ਕੋਲ ਕਰੋ, ਮੈਂ ਦੇ ਉੱਤੇ ਬਹਿ ਜਾਂਦਾ। ਉਹ ਤੈਨੂੰ ਸ਼ਰਮ ਨਹੀਂ ਆਉਂਦੀ ਓਏ ਉਸਤਾਦ ਦੇ ਬਾਰੇ ਇਹੋ ਜਿਹੀਆਂ ਗੱਲਾਂ ਕਰਨਾ? ਮੈਂ ਤੈਨੂੰ ਮਸੂਕੀ ਸੁਗਾਈ ਅੱਗੋਂ ਗੱਲਾਂ ਕਰਨਾ ਓਏ। ਹਾਂਡੀ ਦਾ ਮੂੰਹ ਖੁੱਲਾ ਹੋਵੇ ਤੇ ਕੁੱਤੇ ਨੂੰ ਸ਼ਰਮ ਚਾਹੀਦੀ ਹੈ। ਇਹ ਹਾਂਡੀ ਦਾ ਮੂੰਹ ਖੋਲ ਕੌਣ ਗਿਆ? ਇਹ ਨਹੀਂ ਪਤਾ ਲੱਗਣ ਦਿਆ, ਚਵਲੇ ਜਾਈਏ। ਮੈਂ ਤੈਨੂੰ ਇੱਥੇ ਗਾਣੇ ਸਿਖਾਉਣਾ, ਤੂੰ ਆ ਕੇ ਜਿੱਦਾਂ ਕਰਨਾ। ਓਏ ਬਾਰ ਬਾਰ ਚਿੱਤਰ ਲਾ ਲੈਣਾ, ਤੈਨੂੰ ਮਿਰਗੀ ਪੈਂਦੀ ਹੈ। ਮੈਂ ਕਹਿੰਦਾ ਅਰਮਾਨ ਕਰ, ਮੈਂ ਲਿੱਤਰ ਮਾਰ ਮਾਰ ਕੇ ਤੈਨੂੰ ਇੱਥੇ ਸਿੱਧਿਆਂ ਕਰ ਦੇਣਾ, ਚਵਲੇ ਜਾਈਏ। ਇਹ ਤੂੰ ਵੀ ਤੇ ਲਿੱਤਰ ਖਾਣ ਲਈ ਥਾਂ ਬਣਾਈ ਹੈ। ਚਲੋ ਮੇਰੇ ਕੋਲ ਤੇ ਹੈ, ਤੁਹਾਡੇ ਕੋਲ ਤੇ ਉਹ ਵੀ ਨਹੀਂ। ਮੈਂ ਕਹਿੰਦਾ ਇੱਥੇ ਬਹਿ ਕੇ ਸਬਕ ਸੁਣਾ। ਚਲੋ ਸੁਣੋ। ਚੱਲ ਪੁੱਤਰ, ਅੱਜ ਤੋਂ ਬਾਅਦ ਮੈਂ ਜ਼ਿੰਦਗੀ 'ਚ ਕਦੀ ਖਾਬ ਸੁਣਾਇਆ ਨਾ, ਮੈਂ ਲਿੱਤਰ ਮਾਰ ਮਾਰ ਕੇ ਤੇਰੇ ਦਿਮਾਗ ਭੰਨ ਦੇਣਾ। ਅਈਏ ਮੈਂ ਦੂਜਾ ਖਾਬ ਨਹੀਂ ਸੁਣਾ ਰਿਹਾ। ਓ ਜਾ, ਮੈਂ ਨਹੀਂ ਸੁਣਦਾ ਤੇਰੇ ਖਾਬ। ਇਹਦਾ ਅੱਛਾ ਖਾਬ ਦੂਸਰਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕੀ ਦੱਸ ਨਹੀਂ ਸਕਦਾ? ਖਾਬ ਦੇ ਵਿੱਚ ਤੁਹਾਡੀ ਸ਼ਾਦੀ ਹੋ ਰਹੀ ਹੈ। ਨਹੀਂ, ਰੱਬ ਦੀ ਕਰਨੀ, ਰੱਬ ਦੀ ਕਰਨੀ ਹੈ। ਆ ਕਿਸੇ ਨੇ ਕਰਨੀ, ਕਿਸੇ ਨੇ ਭਰਨੀ। ਸ਼ਾਦੀ ਹੋ ਰਹੀ ਤੁਹਾਡੀ? ਮੇਰੀ? ਔਰ ਮੈਂ ਕੀ ਦੇਖਿਆ ਕਿ ਤੁਸੀਂ ਚਿੱਟੇ ਰੰਗ ਦਾ ਸੂਟ ਪਾਇਆ। ਅੱਛਾ, ਇਹ ਨੇੜੇ ਗੁਲਾਬ ਦੇ ਹਾਰ ਤੁਹਾਡੇ ਗਲ 'ਚ ਨੇ, 400 ਬੰਦਾ ਤੁਹਾਡੇ ਮਗਰ ਹੈ, ਤੁਹਾਡੇ ਕੰਨ 'ਚ ਵੀ ਰੂਹ ਹੈ, ਤੁਹਾਡੇ ਨੱਕ 'ਚ ਵੀ ਰੂਹ ਹੈ। ਇਹ ਮੇਰਾ ਕੀ, ਮੇਰੇ ਚਲੀਸ ਮੈਂ ਤਾਂ ਨਿਕਾਹ ਹੋਣ ਡਿਆ ਸੀ। ਤੈਨੂੰ ਅਕਲ ਹੈ? ਉੱਥੇ ਬਹਿ, ਮੈਂ ਨਹੀਂ ਕੋਈ ਖਾਬ ਤੇਰਾ ਸੁਣਨਾ, ਇੱਥੇ ਬਹਿ ਕੇ ਮੈਨੂੰ ਸਬਕ ਸੁਣਾ। ਪਾਗਲਾ, ਉਸਤਾਦ ਦੀ ਸ਼ਾਦੀ ਇੰਜ ਨਹੀਂ ਹੋਣੀ, ਜਦੋਂ ਉਸਤਾਦ ਦੀ ਸ਼ਾਦੀ ਹੋਣੀ ਨੇ, ਇਹਨਾਂ ਦੇ ਕੋਈ ਸ਼ਾਦੀ ਕਾਰਡ ਨਹੀਂ ਛਪਣੇ, ਡਾਇਰੈਕਟ ਮਸਜਿਦ 'ਚ ਐਲਾਨ ਹੋਣਾ ਜੀ। ਹਜ਼ਰਤ ਦਰਗੜ ਦਿੰਨਾ ਖਾਨ ਬਕਜ਼ਾ ਇਲਾਹੀ ਸੇ ਸ਼ਾਦੀ ਕਰਾਰ ਪਾਈ, ਜਿਨਕੀ ਬਾਰਾਤ ਠੀਕ 9 ਵਜੇ ਬਾਦਸ ਨਮਾਜ਼ ਇਸ਼ਾ ਉਨਕੀ ਰਹਿਸ਼ਗਾਹ ਸੇ ਉਠਾਈ ਜਾਏਗੀ, ਔਰ ਮਿਆਨੀ ਸਾਹਿਬ ਮੈਰਿਜ ਹਾਲ ਮੇ ਪਹੁੰਚਾਈ ਜਾਏਗੀ। ਜਿਹਨੇ ਜਿਹਨੇ ਲਾੜਾ ਆ ਕੇ ਵੇਖਣਾ ਵੇਖ ਲਵੋ, ਫਿਰ ਬਾਅਦ ਚੋਂ ਲਾੜੇ ਨੇ ਬਹੁਤ ਛੱਡ ਜਾਣੀ ਹੈ। ਔਰ ਕੁਲੀਮੇ ਕਾ ਐਲਾਨ ਬਾਰਾਤ ਪੇ ਕੀਆ ਜਾਏਗਾ। ਓਏ ਅਰਮਾਨ ਨਾ ਬਹਿ ਜਾ ਇੱਥੇ, ਓਏ ਮੇਰੀਆਂ ਮੌਤ ਦੀਆਂ ਖਬਰਾਂ ਛਾਇਆ ਕਰਨ ਦੇ ਤੁਸੀਂ? ਉਸਤਾਦ ਜੀ ਸਬਕ ਸੁਣ ਲਓ ਤੁਸੀਂ। ਕਿੱਥੇ ਕੱਲ ਕੀ ਤੁਸੀਂ ਕੀ ਕਰਨ ਡਿਆ ਸੋ? ਕਿੱਥੇ? ਉਹ ਤਮਾਸ਼ਾ ਹੋਣ ਡਿਆ ਸੀ ਬਾਹਰ ਮਦਾਰੀ ਦਾ। ਅੱਛਾ, ਉੱਥੇ ਉਸਤਾਦ ਸਾਪੜਾ ਲੜਨ ਡਿਆ ਸੀ। ਮੈਂ, ਓ ਮਾਈ ਗੋਡ, ਸਾਪੜਾ ਉਸਤਾਦ ਲੜਨ ਡਿਆ ਸੀ। ਅੱਛਾ, ਉਹ ਤੇ ਆਖਰ ਫਿਰ ਇਹਨਾਂ ਨੇ ਆਪਣੀ ਪੂੰਛਲ ਦੇ ਵਾਲ ਸੱਪ ਦੇ ਮੂੰਹ 'ਚ ਦਿੱਤੇ ਤੇ ਦੰਦ ਖੱਟੇ ਹੋਏ। ਇਹਨਾਂ ਮੈਂ ਪੁੱਤਰ ਨਿਓਲੇ ਦਾ ਪੁੱਤਰ ਕਈ ਰਾਨੀ ਸ਼ਕਲੋਂ ਪਤਾ ਲੱਗਦਾ। ਚਲੋ ਚੱਲ ਪੁੱਤਰ, ਸਬਕ ਸੁਣਾ। ਲੈ ਵੀ ਇੱਕ ਬੰਦਾ ਸਬਕ ਸੁਣਾਏ, ਤੂੰ ਸਬਕ ਸੁਣਾ, ਤੂੰ ਵਾਵਾ ਕਰਨੀ। ਅੱਛਾ, ਹਾਂ ਚੱਲ ਪੁੱਤਰ, ਵਾਵਾ ਕਰਨੀ ਹੋਏ। ਮੈਂ ਕਰਾਂਗਾ ਸਰ। ਚੱਲ ਪੁੱਤਰ, ਵਾਵਾ ਕਰੀ। ਉਹ ਕਰਾਂਗਾ। ਕਿਤੇ ਕਰਤੇ ਨਹੀਂ ਦਿੱਤੀ, ਤੂੰ ਸਾਡੇ ਨਾਲ ਵਾਵਾ ਕੀਤੀ। ਚੱਲ ਪੁੱਤਰ, ਲੋ ਸੁਣੋ ਫੇ ਸਬਕ। ਤੂੰ ਸੁਣਾ ਸਬਕ ਪਹਿਲੇ। ਹੈਲੋ, ਛਿਲ ਕੇ ਖਾਓ। ਬਿਸਮਿਲ। ਮੈਨੇ ਰੋਕਾ ਗੋਭੀ ਖਾ ਲਈਏ, ਦਾਲ ਖਾ ਲਈਏ, ਮੈਂ ਕਰੇਲੇ ਕਹਿਣੇ ਜਦੋਂ। ਚੱਲ ਸਬਕ ਸੁਣਾ। ਲੋ ਹੁਣ ਵਿੱਚ ਕੋਈ ਨਾ ਬੋਲੇ। ਮੈਨੇ ਰੋਕਾ ਵੀ ਨਹੀਂ ਔਰ ਵੋ ਠਹਿਰਾ ਵੀ
ਕੰਮ ਕੀ ਹੈ ਕਿਉਂ ਰੋਕਣਾ ਉਹਨੂੰ ਉਸਤਾਦ ਜੀ ਤੁਸੀਂ ਆਪ ਸਬਕ ਮੈਨੂੰ ਯਾਦ ਕਰਾਇਆ ਤੈਨੂੰ ਭਰ ਕੇ ਕਿਉਂ ਨਹੀਂ ਆਉਂਦਾ ਭਰ ਕੇ ਤੇਰਾ ਮੂੰਹ ਭਰਿਆ ਮੈਂ ਕਦੀ ਕਿਲਾ ਕੀਤਾ ਤੈਨੂੰ ਮਾਮਾ ਉਸਤਾਦ ਬਣਨ ਦੀ ਤਮੀਜ਼ ਨਹੀਂ ਕਿਸੇ ਨੇ ਸਿਖਾਈ ਉਹ ਬਣਿਆ ਕਿ ਫਿਰ ਮੈਂ ਹੋਇਆ ਆਪਣੇ ਆਪ ਚ ਮੇਰੇ ਬੱਚਿਆ ਮੈਨੂੰ ਸਬਕ ਸੁਣਾਉਣ ਦੇ ਤੈਨੂੰ ਮਾਮਾ ਤਮੀਜ਼ ਹੀ ਨਹੀਂ ਆਰਾਮ ਨਾਲ ਬਹਿਣਾ ਕਿ ਨਹੀਂ ਤੂੰ ਮੈਂ ਤੇਰੇ ਮੂੰਹ ਚ ਜੁੱਤੀ ਧੁੰਨ ਲੈਣੀ ਹੈ ਵੱਡਾ ਉਸਤਾਦ ਤੈਨੂੰ ਤਮੀਜ਼ ਹੀ ਕਿਸੇ ਨੇ ਨਹੀਂ ਸਿਖਾਈ ਇਹਦਾ ਮੂੰਹ ਵੇਖ ਟੁੱਕੇ ਮਰੂਦ ਵਰਗਾ ਇਹਦਾ ਮੂੰਹ ਵੇਖ ਇਹਦੇ ਵੇਖ ਕੇ ਮੈਨੂੰ ਖਿਝ ਆਉਂਦੀਆਂ ਨੇ ਇਹਦਾ ਮੂੰਹ ਵੇਖ ਲੱਗਦਾ ਕਿਸੇ ਨੇ ਲੈ ਲੈਣ ਦੀ ਕੁੱਪੀ ਘੁੱਟੀ ਚੱਲ ਜਾ ਕੇ ਅੰਦਰ ਪਜਾਮਾ ਚੇਂਜ ਕਰ ਲਾਂਤੀਆ ਮਹੀਨੇ ਤੋਂ ਇੱਕੋ ਹੀ ਪਜਾਮਾ ਗੰਦ ਪਾਇਆ ਇੱਥੇ ਤੋਂ ਓਏ ਇੰਜ ਨਹੀਂ ਪੀਲਾ ਹੋਇਆ ਇਹ ਤੈਨੂੰ ਗਾ ਗਾ ਕੇ ਸ਼ਰਮਿੰਦਗੀ ਨਾਲ ਪੀਲਾ ਹੋ ਗਿਆ ਇੱਥੇ ਬਹਿ ਕੇ ਸਬਕ ਸੁਣਾ ਮੇਰੇ ਸਬਕ ਦੇ ਵਿੱਚ ਕੋਈ ਨਾ ਬੋਲੇ ਮੈਂ ਤਾਂ ਦੱਸਦਾ ਉਹ ਵਿੱਚ ਕੋਈ ਨਾ ਬੋਲੇ ਓਏ ਮੈਨੇ ਰੋਕੇ ਉਸਤਾਦ ਜੀ ਤੁਸੀਂ ਆਪ ਮੈਨੂੰ ਇਹ ਸਿਖਾਇਆ ਯਾਦ ਕਰੋ ਯਾਦ ਕਰੋ ਮੇਰੀ ਯਾਦਾਸ਼ਤ ਟੋਪੀ ਥੱਲੇ ਆ ਗਈ ਹੁਣ ਵਿੱਚ ਕੋਈ ਨਾ ਬੋਲਿਓ ਭਾਈ ਤੂੰ ਵੀ ਹਾਂ ਚੱਲ ਸਹੀ ਤਰ੍ਹਾਂ ਜਾ ਇਹ ਵਿੱਚ ਕੋਈ ਨਾ ਨਹੀਂ ਪੁੱਤਰ ਮੈਂ ਮੈਨੇ ਰੋਕਾ ਕੀ ਆ ਕੀ ਆ ਕੀ ਆ ਮੈਂ ਸੁਣਾਉਂਦਾ ਨਹੀਂ ਆਪੇ ਸੁਣਾਓ ਚਲੋ ਐਸੀ ਕਿਹੜੀ ਗੱਲ ਹੈ ਚੰਗਾ ਬੜਾ ਮੈਂ ਟਵਾਣਿਆਂ ਦਾ ਮੁੰਡਾ ਮਰਾਸੀਆਂ 'ਚ ਫਸਿਆ ਮੈਂ ਸ਼ਗਿਰਦੀ ਕਰਕੇ ਪਛਤਾਣ ਡਿਆ ਮੈਂ ਨਾ ਤੂੰ ਸਮਝਣਾ ਸੀ ਗਾ ਨਹੀਂ ਸਕਦੇ ਬਹੁਤ ਚੱਲ ਪੁੱਤਰ ਓਏ ਵਜਾ ਉਹ ਜੱਗ ਜੰਮਿਆ ਤੇ ਮਿਲਣ ਵਧਾਈਆਂ ਜੱਗ ਜੰਮਿਆ ਜੱਗ ਜੰਮਿਆ ਤੇ ਮਿਲਣ ਵਧਾਈਆਂ ਤੇ ਵੱਡਾ ਹੁੱਕ ਡਾ ਕੇ ਮਾਰਦਾ ਜਗਿਆ ਜਗਿਆ ਵੇ ਟੁਰ ਪਰਦੇਸ ਗਇਓ ਵੇ ਬੂਆ ਵਜਿਆ ਸਵੇਰੇ ਗਾਉਂਦਾ ਰਿਹਾ ਨਾ ਪਰਾਂ ਹਟ ਕੇ ਖਲੋ ਬਈ ਮਾਰਨਾ ਤੇ ਬੁੱਲੀਆਂ ਨੂੰ ਉਹ ਦਿਮਾਗ ਚ ਰਹਿ ਗਿਆ ਚਲੋ ਗਾਣਾ ਬਦਲ ਸੁਣਾਓ ਗਾਣਾ ਬਦਲ ਲੋ ਹਾਂਜੀ ਉਹ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਸਾਨੂੰ ਨਹਿਰ ਵਾਲੇ ਅਮਾਨ ਮੈਂ ਕੀਤੀ ਨੀ ਮੇਰੀ ਨਿਕਲ ਗਈ ਉਸਤਾਦ ਜੀ ਅੱਲਾ ਦਾ ਵਾਸਤਾ ਗਾਣਾ ਸੁਣਾਓ ਮੈਂ ਕੀ ਹੋਇਆ ਇਹ ਕਾਹਦਾ ਰੌਲਾ ਖਾਨਾ ਖਰਾਬ ਮੈਨੂੰ ਜਹਾਜ਼ ਕਹਿਣ ਡਿਆ ਮੈਂ ਤੇਰੀ ਬੇਬੇ ਦੀ ਛਾਉਣੀ ਚ ਲੈਂਡ ਕਰ ਗਿਆ ਲਾਂਤੀ ਨਾ ਹੋਵੇ ਕੀ ਹੋ ਗਿਆ ਭਾ ਲੱਤਾਂ ਨੂੰ ਯਰਕਾਨ ਹੋਇਆ ਅੱਛਾ ਅੱਛਾ ਕੜੀ ਚ ਡਿੱਗ ਪਿਆ ਹੁਣ ਅਰਮਾਨ ਕਰ ਮੇਰੇ ਨਾਲ ਇੰਜ ਗੱਲ ਕਰੀ ਦੀ ਆ ਹੋਰ ਤੇਰੇ ਨਾਲ ਕਿਹਨੂੰ ਗੱਲ ਕਰਾਂ ਓਏ ਓ ਮੈਂ ਉਸਤਾਦ ਆ ਇੱਥੇ ਗੱਲਾਂ ਡਿਆ ਕਰਨ ਤੂੰ ਇਹ ਮੇਰੇ ਉਸਤਾਦ ਜੀ ਨੇ ਅੱਛਾ ਜੀ ਹਾਂਜੀ ਉਸਤਾਦ ਦਾ ਮੂੰਹ ਵੇਖ ਤੁਸੀਂ ਦਰਿਆ ਤੇ ਖਲੋਇਆ ਕਰੋ ਕਿਉਂ ਬਗਲੇ ਉੱਥੇ ਹੀ ਖਲੋਂਦੇ ਨੇ ਇਹ ਹੈ ਕੌਣ ਓ ਬਾਂਦਰਾਂ ਦੀ ਦੂਰਬੀਨ ਆਏ ਮੈਂ ਬਾਂਦਰਾਂ ਦੀ ਦੂਰਬੀਨ ਬੇਬੇ ਨੂੰ ਦੇਰੇ ਜਾ ਕੇ ਖੇਡੇਗੀ ਇਹਨੇ ਤੂੰ ਮਰ ਜਾਣਾ ਮੇਰੇ ਹੱਥੋਂ ਮੇਰੇ ਮੂੰਹ ਤੇ ਚਪੇੜ ਕੱਢ ਮਾਰੀ ਐਸ ਮੂੰਹ ਦੇ ਉੱਤੇ ਤੂੰ ਚਪੇੜ ਮਾਰੀ ਐਸ ਮੂੰਹ ਤੇ ਓਏ ਤੇਰੀ ਜੁਰਤ ਕੇ ਤੂੰ ਐਸ ਮੂੰਹ ਤੇ ਚਪੇੜ ਮਾਰੀ ਹੈ ਮੈਂ ਤੇ ਨਹੀਂ ਮਾਰਾਂ ਗਈ ਓਏ ਫੇਰ ਮੇਰੀ ਜ਼ਿੰਦਗੀ ਦੇ ਵਿੱਚ ਯਾਨੀ ਕਿ ਮੇਰੇ ਉਸਤਾਦ ਦੇ ਮੂੰਹ ਤੇ ਤੂੰ ਚਪੇੜ ਕੱਢ ਮਾਰੀ ਦੋ ਦੋ ਮਾਰ ਓਏ ਮਾਰ ਓਏ ਮਾਰ ਇਧਰ ਓਏ ਐਲ ਓਏ ਮਾਰ ਇਧਰ ਓਏ ਐਲ ਇਧਰ ਵੀ ਮਾਰ ਓਏ ਐਲ ਮੈਂ ਇੰਜੀ ਬਰਵਾ ਦੇਣਾ ਇਧਰ ਆ ਓਏ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਮੇਰੇ ਮੂੰਹ ਤੇ ਚੰਡਾ ਮਾਰਨ ਦੇ ਤੇਰੀ ਇਹ ਜਗ੍ਹਾ ਤੂੰ ਚਪੇੜਾ ਮਾਰੇ ਹਾਂ ਅਸੀਂ ਮਰ ਗਏ ਆ ਓਏ ਮੇਰੇ ਉਹ ਬੱਚੇ ਦੋਵਾਂ ਪਾਸੋਂ ਮੈਨੂੰ ਹੀ ਪੈਣ ਡਈਆਂ ਇਹਦੀ ਇਹ ਜਗ੍ਹਾ ਤੂੰ ਉਸਤਾਦ ਜੀ ਸਾਡੀ ਜ਼ਿੰਦਗੀ 'ਚ ਤੁਹਾਨੂੰ ਕੁੱਟੇ ਹਾਂ ਬਦਤਮੀਜ਼ ਨਾ ਹੋਵੇ ਤੇ ਓਏ ਰਾਮ ਨਾਲ ਫੇਰ ਮੈਨੂੰ ਬਦਤਮੀਜ਼ ਹੋਰ ਮਾਨ ਕਰ ਸਾਨੂੰ ਐਵੇਂ ਨਾ ਸਮਝੀ ਓਏ ਮੂੰਹ ਨੂੰ ਵੇਖ ਕੀੜਾ ਲੱਗਾ ਹੈ ਓ ਜਾ ਕੰਮ ਕਰ ਕੀ ਕੰਮ ਕਰਾਂ ਅਸੀਂ ਆਪ ਵੀ ਦਿਮਾਸ਼ ਹੈਗੇ ਅੱਲਾ ਦੇ ਹੁਕਮ ਨੇ ਜਿਹਨੂੰ ਅੱਖ ਚੁੱਕ ਕੇ ਵੇਖ ਲਈਏ ਅਗਲਾ ਚਪੇੜ ਕੱਢ ਮਾਰਦਾ ਬੜਾ ਬਦਮਾਸ਼ ਹੈ ਕਰਨ ਕੀ ਡੇ ਸੋ ਅਸੀਂ ਇਹ ਤੇ ਰੇਸਲ ਕਰਨ ਨੇ ਚਲੋ ਰੇਸਲ ਅੱਛਾ ਤੁਸੀਂ ਦੋਵੇਂ ਨਾ ਨੇੜੇ ਹੋ ਕੇ ਨਾ ਖਲੋਇਆ ਕਰੋ ਦੂਰੋਂ ਲੱਗਦਾ 11 ਵਜੇ ਨੇ
ਫੇਰ 11 ਵਜ ਗਏ ਹਾਂ ਲੈ ਹੁਣ ਫੇਰ 2:30 ਵਜ ਗਿਆ ਜਾ ਫੇ ਭੈਣ ਨੂੰ ਸਕੂਲੋਂ ਹੀ ਲੈ ਆਓ ਲੈ ਤੇ ਆ ਤੇ ਰੱਬਾ ਨਾਰਾਜ਼ ਹੋ ਜਾਏ ਆਓ ਚਲੋ ਇੱਥੇ ਬਾ ਕੇ ਰੈਸਲ ਕਰੋ ਚੱਲ ਚੱਲ ਤੂੰ ਸੁਣਾ ਬਈ ਸੁਣਾ ਇੱਥੇ ਗਾਣਾ ਇੱਧਰ ਆ ਬਈ ਕੱਲ ਉਸਤਾਦ ਹੋਣਾ ਇੱਕ ਸ਼ਿਕਰ ਦੇ ਮਾਲ ਰੋਡ ਤੇ ਫਾਲਸੇ ਵਿੱਚ ਅੰਡਿਆ ਸੀ ਅੱਛਾ ਹਾਂਜੀ ਉਹਨੇ ਇਹੋ ਜੀ ਜੀਨ ਦੀ ਪੈਂਟ ਪਾਈ ਐਸ ਤਰ੍ਹਾਂ ਦੀ ਇੱਥੇ ਉਹਨੇ ਸਟicker ਲਾਇਆ ਆਈ ਲਵ ਯੂ ਜੀ ਜੀ ਤੇ ਇੱਥੇ ਉਹਨੇ ਸਟicker ਲਾਇਆ ਕੈਚ ਮੀ ਇਫ ਯੂ ਕੈਨ ਹੈ ਅੱਛਾ ਫਿਰ ਫਾਲਸੇ ਵਿੱਚ ਅੰਡਿਆ ਸੀ ਕਿਸ ਤਰ੍ਹਾਂ ਓਲੇ ਓ